ਲਾਈਨਾਂ ਤੇ ਖੜੀ ਟਰਾਲੀ ਨੂੰ ਟ੍ਰੇਨ ਨੇ ਮਾਰੀ ਟੱਕਰ, ਉੱਡ ਗਏ ਟਰਾਲੀ ਦੇ ਚਿਥੜੇ, ਹੋ ਗਿਆ ਭਾਰੀ ਨੁਕਸਾਨ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਹੈ ਜਿੱਥੇ ਲਾਈਨਾਂ ਤੇ ਖੜੀ ਇੱਕ ਟਰਾਲੀ ਨੂੰ ਟ੍ਰੇਨ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਇਸ ਟਰਾਲੀ ਦੇ ਚਿਥੜੇ ਉੱਡ ਜਾਂਦੇ ਨੇ, ਜਿਸ ਕਾਰਨ ਗੱਡੀ ਦਾ ਵੀ ਭਾਰੀ ਨੁਕਸਾਨ ਹੋ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜਲੰਧਰ ਦੇ ਆਦਮਪੁਰ ਤੋਂ ਸਾਹਮਣੇ ਆਇਆ, ਜਿੱਥੇ ਰੇਲਵੇ ਦੇ ਕੁਆਟਰਾਂ ਦੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਤਾਂ ਇਸੇ ਦੌਰਾਨ ਇਹ ਟਰਾਲੀ ਵੀ ਉੱਥੇ ਹੀ ਕੰਮ 'ਤੇ ਲੱਗੀ ਹੋਈ ਸੀ। ਤਾਂ ਜਦ ਇਹ ਟ੍ਰੇਨ ਦੀਆਂ ਲਾਈਨਾਂ ਦੇ ਨਜ਼ਦੀਕ ਆਉਂਦੀ ਹੈ ਤਾਂ ਟ੍ਰੇਨ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ। ਤਾਂ ਇਸ ਦੇ ਨਾਲ ਟਰਾਲੀ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ, ਪਰ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ, ਜਿਸ ਕਰਕੇ ਵੱਡਾ ਹਾਦਸਾ ਹੁੰਦੇ ਹੁੰਦੇ ਟਲ ਜਾਂਦਾ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਹਾਦਸੇ ਤੋਂ ਬਾਅਦ ਇਹ ਟ੍ਰੇਨ ਵੀ ਰੁਕ ਜਾਂਦੀ ਹੈ ਅਤੇ ਸਵਾਰੀਆਂ ਬਾਹਰ ਨਿਕਲ ਆਉਂਦੀਆਂ ਨੇ। ਤਾਂ ਦੱਸ ਦਈਏ ਕਿ ਇੰਜਨ ਦੇ ਨਾਲ ਜੋ ਡੱਬਾ ਹੁੰਦਾ ਹੈ ਉਸ ਜਗ੍ਹਾ 'ਤੇ ਟਰਾਲੀ ਟਕਰਾਈ ਸੀ, ਜਿਸ ਕਾਰਨ ਉਸ ਡੱਬੇ ਨੂੰ ਵੀ ਭਾਰੀ ਨੁਕਸਾਨ ਹੁੰਦਾ, ਪਰ ਇਸ ਟਰਾਲੀ ਦੇ ਚਿਥੜੇ ਉੱਡ ਜਾਂਦੇ ਨੇ। ਤਾਂ ਜਿਵੇਂ ਹੀ ਇਸ ਹਾਦਸੇ ਦਾ ਪਤਾ ਲੱਗਦਾ ਤਾਂ ਡਰਾਈਵਰ ਦੇ ਵੱਲੋਂ ਟ੍ਰੇਨ ਨੂੰ ਰੋਕ ਲਿਆ ਜਾਂਦਾ, ਤਾਂ ਸਵਾਰੀਆਂ ਵੀ ਮੌਕੇ 'ਤੇ ਉਤਰਦੀਆਂ ਨੇ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਟੱਕਰ ਤੋਂ ਬਾਅਦ ਇਸ ਟਰਾਲੀ ਦਾ ਭਾਰੀ ਨੁਕਸਾਨ ਹੋਇਆ। ਲਾਈਨਾਂ 'ਤੇ ਖੜੀ ਟਰਾਲੀ ਨੂੰ ਟ੍ਰੇਨ ਨੇ ਮਾਰੀ ਟੱਕਰ, ਉੱਡ ਗਏ ਟਰਾਲੀ ਦੇ ਚਿਥੜੇ, ਹੋ ਗਿਆ ਭਾਰੀ ਨੁਕਸਾਨ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਹੈ ਜਿੱਥੇ ਲਾਈਨਾਂ 'ਤੇ ਖੜੀ ਇੱਕ ਟਰਾਲੀ ਨੂੰ ਟ੍ਰੇਨ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਇਸ ਟਰਾਲੀ ਦੇ ਚਿਥੜੇ ਉੱਡ ਜਾਂਦੇ ਨੇ, ਜਿਸ ਕਾਰਨ ਗੱਡੀ ਦਾ ਵੀ ਭਾਰੀ ਨੁਕਸਾਨ ਹੋ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜਲੰਧਰ ਦੇ ਆਦਮਪੁਰ ਤੋਂ ਸਾਹਮਣੇ ਆਇਆ, ਜਿੱਥੇ ਰੇਲਵੇ ਦੇ ਕੁਆਟਰਾਂ ਦੇ ਵਿੱਚ ਉਸਾਰੀ ਦਾ ਕੰਮ ਚੱਲ ਰਿਹਾ ਸੀ। ਤਾਂ ਇਸੇ ਦੌਰਾਨ ਇਹ ਟਰਾਲੀ ਵੀ ਉੱਥੇ ਹੀ ਕੰਮ 'ਤੇ ਲੱਗੀ ਹੋਈ ਸੀ। ਤਾਂ ਜਦ ਇਹ ਟ੍ਰੇਨ ਦੀਆਂ ਲਾਈਨਾਂ ਦੇ ਨਜ਼ਦੀਕ ਆਉਂਦੀ ਹੈ ਤਾਂ ਟ੍ਰੇਨ ਦੇ ਵੱਲੋਂ ਇਸ ਨੂੰ ਟੱਕਰ ਮਾਰੀ ਗਈ। ਤਾਂ ਇਸ ਦੇ ਨਾਲ ਟਰਾਲੀ ਦਾ ਭਾਰੀ ਨੁਕਸਾਨ ਹੋ ਜਾਂਦਾ, ਪਰ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ, ਜਿਸ ਕਰਕੇ ਵੱਡਾ ਹਾਦਸਾ ਹੁੰਦੇ ਹੁੰਦੇ ਟਲ ਜਾਂਦਾ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਹਾਦਸੇ ਤੋਂ ਬਾਅਦ ਇਹ ਟ੍ਰੇਨ ਵੀ ਰੁਕ ਜਾਂਦੀ ਹੈ ਅਤੇ ਸਵਾਰੀਆਂ ਬਾਹਰ ਨਿਕਲ ਆਉਂਦੀਆਂ ਨੇ। ਤਾਂ ਦੱਸ ਦਈਏ ਕਿ ਇੰਜਨ ਦੇ ਨਾਲ ਜੋ ਡੱਬਾ ਹੁੰਦਾ ਹੈ ਉਸ ਜਗ੍ਹਾ 'ਤੇ ਟਰਾਲੀ ਟਕਰਾਈ ਸੀ, ਜਿਸ ਕਾਰਨ ਉਸ ਡੱਬੇ ਨੂੰ ਵੀ ਭਾਰੀ ਨੁਕਸਾਨ ਹੁੰਦਾ, ਪਰ ਇਸ ਟਰਾਲੀ ਦੇ ਚਿਥੜੇ ਉੱਡ ਜਾਂਦੇ ਨੇ। ਤਾਂ ਜਿਵੇਂ ਹੀ ਇਸ ਹਾਦਸੇ ਦਾ ਪਤਾ ਲੱਗਦਾ ਤਾਂ ਡਰਾਈਵਰ ਦੇ ਵੱਲੋਂ ਟ੍ਰੇਨ ਨੂੰ ਰੋਕ ਲਿਆ ਜਾਂਦਾ, ਤਾਂ ਸਵਾਰੀਆਂ ਵੀ ਮੌਕੇ 'ਤੇ ਉਤਰਦੀਆਂ ਨੇ। ਤਾਂ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਟੱਕਰ ਤੋਂ ਬਾਅਦ ਇਸ ਟਰਾਲੀ ਦਾ ਭਾਰੀ ਨੁਕਸਾਨ ਹੋਇਆ।